ਅਸਲਾਮੁਅਲੈਕੁਮ ਜੀ। ਮਾਰ ਸਾਹਿਬ ਕੀ ਹਾਲ ਚਾਲ ਆ? ਮਾਰ ਸਾਹਿਬ ਲੋਕ ਬੜਾ ਸ਼ਿੱਦਤ ਦੇ ਨਾਲ ਤੁਹਾਡਾ ਇੰਤਜ਼ਾਰ ਕਰਦੇ ਆ ਕਿ ਮਾਰ ਸਾਹਿਬ ਦੇ ਕਹਿਣ 'ਤੇ ਅਸੀਂ ਗੰਦਮ ਰੱਖੀ ਆ ਅਤੇ ਮਾਰ ਸਾਹਿਬ ਦੇ ਕਹਿਣ 'ਤੇ ਅਸੀਂ ਸੇਲ ਕਰਨੀ ਆ। ਅੱਜ ਗੰਦਮ ਦੀ ਕੀ ਸੂਰਤ ਹਾਲ ਆ ਜੀ? ਗੰਦਮ ਮਾਸ਼ਾਅੱਲਾ ਕੁਝ ਰੁਪਏ ਪਏ ਨੇ, 2500 ਅਤੇ 52 ਰੁਪਏ ਦੀ ਕਰਕਲ ਸੇਲ ਹੋਈ ਸਾਡੇ ਕੋਲ। ਜ਼ਬਰਦਸਤੀਆਂ ਦੀ ਕੁਆਲਿਟੀ ਬਿਹਤਰੀ ਆ ਰਹੀ ਆ। ਬਿਹਤਰੀ ਆ ਰਹੀ ਆ, ਸਹੀ। ਆਵਣ ਦਿਨਾਂ ਦੇ ਵਿੱਚ ਵੀ ਇਨਸ਼ਾਅੱਲਾ ਬਫਜ਼ਲ ਖੁਦਾ ਬਿਹਤਰੀ ਆ ਗਈ, ਖਾਸ ਕਰਕੇ ਗੰਦਮ ਦੇ ਰੇਟ ਦੇ ਵਿੱਚ, ਦਿੱਲੀ ਦੇ ਰੇਟ ਦੇ ਵਿੱਚ ਬਿਹਤਰੀ ਆ ਗਈ। ਅਤੇ ਮਾਰ ਸਾਹਿਬ ਜਿਹੜੀ ਗੰਦਮ ਲੱਗੀ ਹੋਈ ਆ, ਜਿਹੜੀ ਇਸ ਟਾਈਮ ਯਾਨੀ ਕਿ ਮੌਸਮੀ ਲੱਗੀ ਹੋਈ ਆ, ਉਹਦਾ ਕੀ ਕੀਮਤ ਆ? ਉਹਦੀ 2300-2400 ਰੁਪਇਆ ਸਹੀ ਹੋ ਗਿਆ। ਅੱਛਾ, ਇਹ ਨਾ ਐਤਕੀ ਪਹਿਲੀ ਦਫਾ ਦੇਖਿਆ ਜਾ ਰਿਹਾ ਵਾ ਕਿ ਆਊਟ ਸੀਜ਼ਨ ਦੇ ਵਿੱਚ ਗੰਦਮ ਦਾ ਰੇਟ ਥੱਲੇ ਆ ਰਿਹਾ, ਅੱਗੇ ਉੱਪਰ ਜਾਂਦਾ ਸੀਗਾ। ਇਹ ਅਸਾਂ ਬਿਲਕੁਲ, ਮੈਂ ਦੀ ਕੁਆਲਿਟੀ ਹਾਂਜੀ ਇਹ ਵੀ ਦੱਸੋ। ਮੁਸਲਮ ਲੀਗ ਨੂੰ ਮੈਂ ਦਵਾਂ ਤੇ ਮੈਂ ਆਪਣੀ ਹਕੂਮਤ ਇਸ ਤਰ੍ਹਾਂ ਕਦੇ ਬਿਆਨ ਦੇ ਸਕਦਾ, ਲੇਕਿਨ ਕੋਈ ਹਕੂਮਤ ਦੀ ਪੋਲਿਸੀ ਵੀ ਆ ਨਾ ਇਹਦੇ ਵਿੱਚ। ਸਹੀ ਹੋ ਗਿਆ। ਗਰੀਬ ਕਿਸਾਨ ਵਾਸਤੇ, ਗਰੀਬ ਆਵਾਮ ਵਾਸਤੇ ਗੰਦਮ ਸਸਤੀ ਕੀਤੀ ਉਹਨਾਂ। ਸਹੀ ਹੋ ਗਿਆ। ਤਾਂ ਕਿ ਆਟਾ ਪਿਛਲੇ ਸਾਲ ਬੜਾ ਮਹਿੰਗਾ ਸੀ। ਸਹੀ। ਆਉਣ ਵਾਲੀ ਹਕੂਮਤ ਨੇ ਇਹ ਜ਼ੋਰ ਨਾਲ ਸ਼ੋਰ ਨਾਲ ਕੀਤਾ ਵੀ ਗੰਦਮ ਸਸਤੀ ਹੋਣੀ ਚਾਹੀਦੀ, ਗਰੀਬ ਨੂੰ ਰੋਟੀ ਸਸਤੀ ਮਿਲਣੀ ਚਾਹੀਦੀ, ਗੰਦਮ ਸਸਤੀ। ਗਰੀਬ ਵਾਸਤੇ ਤਾਂ ਚਲੋ ਕਰਤਾ, ਤੇ ਗਰੀਬ ਕਿਸਾਨ ਵਾਸਤੇ ਨਹੀਂ ਜੀ। ਸਾਡੀ ਡੀਆਪੀ 16,000 ਰੁਪਏ ਪਿਛਲੇ ਸਾਲ ਲੈ ਕੇ ਖਰੀਦੀ ਹੈ, ਗੰਦਮ ਨੂੰ ਪਾਈ ਹੈ। ਸਹੀ ਹੋ ਗਿਆ। ਇਸ ਦਫਾ ਮੈਂ 11,000 ਨੂੰ ਘਰ ਖਰੀਦੀ ਹੈ ਸੋਨਾ ਡੀਆਪੀ। ਸਹੀ ਹੋ ਗਿਆ। 10,590 ਖਰੀਦੀ ਹੈ, 5-6,000 ਰੁਪਏ ਦਾ ਫਰੀ ਖਰੀਦਾ। ਅੱਛਾ, ਮੈਨੂੰ ਦੱਸਿਓ ਕਿ ਸਰਦੀਆਂ ਦੇ ਵਿੱਚ ਕੀ ਚਾਂਸ ਆ, ਕਿੰਨਾ ਕੁ ਰੇਟ ਉੱਪਰ ਜਾਏਗਾ ਗੰਦਮ ਦਾ, ਜਾਂ ਇਹੀ ਰਹੇਗਾ? ਉਮੀਦ ਜ਼ਿਆਦਾ ਨਹੀਂ, 80% ਉਮੀਦ ਨਹੀਂ ਹੈ ਜਾਣ ਦਾ ਜੀ। ਸਹੀ ਹੋ ਗਿਆ। 3,000-2,700 ਉਮੀਦ ਹੈ ਇਸ ਵਿੱਚ ਰਹਿ। ਠੀਕ ਹੋ ਗਿਆ, ਬੜੀ ਮਿਹਰਬਾਨੀ ਮਾਸਟਰ।